ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਜ਼ੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕੱਚੀ ਤੇ ਬਿਹਤਰੀਨ ਵੀਡੀਓ ਤੋਂ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਜਿਵੇਂ ਕਿ ਵੀਰਾਂ ਨੂੰ ਪਤਾ ਹੈ, ਵੀਰਾਂ ਵਾਸਤੇ ਨੀਲੀ ਦੇ ਨਯਾਬ ਔਰ ਬਿਹਤਰੀਨ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਬਣਾਈ ਦੇ ਨੇ। ਅੱਜ ਵੀ ਜਨਾਬ ਇੱਕ ਦੂਸਰੇ ਜਾਂ ਤੀਸਰੇ ਸੂਬੇ ਦੀ ਮੱਝੇ ਔਰ ਕੈਮਰੇ ਦੀ ਨਿਗਾਹ ਦੇ ਵਿੱਚ ਪੰਡਾ ਲੱਗ ਫਿਰਦੀ ਹੈ ਮੱਝ। ਰੋਗ ਰੋਗ ਦਾ ਖੂਬਸੂਰਤ ਥਾਣ ਲੱਗਿਆ ਮੱਝ ਨੂੰ। ਜਿਹੜੇ ਵੀਰ ਕਹਿੰਦੇ ਨੇ ਕਿ ਮੱਝ ਘਰੇ ਚੋਣੀ ਹੈ, ਮੁਨਾਸਬ ਮੁੱਲ ਹੋਣ, ਪਿਆਰ ਵਾਲੇ ਮੁੱਲ ਹੋਣ, ਉਹਨਾਂ ਵੀਰਾਂ ਵਾਸਤੇ ਵੀਡੀਓ ਹੈ। ਮੈਂ ਜਨਾਬ ਪੂਰੀ ਨੀਲੀ ਦੀ ਹੈ, ਇੱਕ ਹੱਡੀ ਪੁੱਠਾ ਵੀਰਾਂ ਦੇ ਸਾਹਮਣੇ, ਖੁੱਡਾ ਬਿਲਕੁਲ ਸਾਫ਼, ਲੋਕ ਕਹਿੰਦੇ ਨੇ, ਲੇਕਿਨ ਅਸੀਂ ਤਸੱਲੀਆਂ ਕਰਕੇ ਵਿਖਾਉਣਾ। ਔਰ ਜਨਾਬ ਮਾਸ਼ਾਅੱਲਾ ਦੋਹਰਾ ਥਣ ਬੜੀ ਕਲਾਸ ਦਾ ਲੱਗਿਆ ਹੋਇਆ, ਬੜੀ ਕੁਆਲਿਟੀ ਦਾ, ਚੰਗੀ ਲੰਮੀ ਚੌੜੀ ਔਰ ਵਜੇ ਸੋਹਣੇ ਕੱਦ ਦੇ ਜਨਾਬ ਮੱਝ। ਸੂਆ ਜਨਾਬ ਤੀਸਰਾ ਦੂਸਰਾ ਪਹਿਲਾ ਆਪਣੀ ਨਿਗਾਹਾਂ ਨਾਲ ਵੇਖਣਾ। ਦੁਨੀ ਅਤੇ ਕੋਲੀ ਦਾ ਕਿਸੇ ਪਾਸੋਂ ਵੀ ਨਿਸ਼ਾਨ ਕੋਈ ਨਹੀਂ, ਸਿੱਧੇ ਬਲੇਡ ਵੱਜੇ ਹੋਏ ਨੇ। ਕੋਈ ਵੀਰ ਸਾਬਤ ਕਰ ਦੇਵੇ, ਅਲਹਮਦੁਲਿਲਾ ਮੱਝ ਫਰੀ, ਆਉਣ ਜਾਣ ਦਾ ਕਿਰਾਇਆ ਵੀ ਫਰੀ, ਦੁਨੀ ਦਾ ਪੁੱਛ ਨਜ਼ਰ ਨਾ ਆਏਗਾ। ਮੈਨੂੰ ਥੰਮਾਂ ਵਰਗੇ ਪੈਰ ਨੇ ਗੋਲ, ਔਰ ਮਾਸ਼ਾਅੱਲਾ ਮੋਹਲਿਆਂ ਵਰਗੇ ਬੜੇ ਗਰਾਊਂਡ ਦੇ ਉੱਤੇ ਰੱਖੇ ਹੋਏ ਜਿਵੇਂ ਹਾਥੀ ਦੇ ਪੈਰ ਹੁੰਦੇ ਨੇ। ਮਾਸ਼ਾਅੱਲਾ ਕੁੱਢ ਉੱਚਾ ਸਿਰ ਦਾ, ਉੱਤੋਂ ਜਾ ਕੇ ਮੋੜਿਆ ਹੋਇਆ ਖੱਬਾ ਮੋੜ, ਕੁੱਢ ਇਹਨਾਂ ਨੂੰ ਕਹਿੰਦੇ ਉੱਚੇ ਕੁੱਢਾਂ ਵਾਲੀਆਂ, ਇਹ ਉੱਚੇ ਕੁੱਢਾਂ ਵਾਲੀ ਮਹੀਂ ਦੇ ਵਿੱਚੋਂ ਹੈ। ਬਾਕੀ ਨਸਲਦਾਰ ਵੀਰਾਂ ਦੇ ਸਾਹਮਣੇ ਅੱਲਾਹ ਦੇ ਫਜ਼ਲ ਨਾਲ ਇੱਕ ਨੰਬਰ ਮਾਲ, ਵਰਾਇਟੀ ਇੱਕ ਨੰਬਰ, ਸੌਦੇ ਸੁੱਚੇ, ਸੋਨਾ ਅਲਹਮਦੁਲਿਲਾ ਨਗਦ ਭਰ ਕੇ ਸੋਨਾ ਹੀ ਦੇਣਾ ਔਰ ਸੋਨਾ ਹੀ ਲੈਣਾ, ਇੱਕ ਨੰਬਰ ਮਾਲ ਦੀ ਆਵਾਜ਼ ਹੈ। ਔਰ ਅਲਹਮਦੁਲਿਲਾ ਕਦੇ ਵੀ ਨਾ ਦੋ ਨੰਬਰੀ ਕੀਤੀ ਹੈ ਇਨਸ਼ਾਅੱਲਾ, ਅਤੇ ਨਾ ਜ਼ਮਾਨੇ 'ਚ ਕਰਾਂਗੇ ਔਰ ਨਾ ਰੱਬ ਕਰਾਵੇ। ਬਾਕੀ ਲੈਣ ਦੇਣਾ ਮੁਕੱਦਰ ਨੇ। ਮੈਂ ਮੌਕੇ 'ਤੇ ਆਇਆ ਕਰੋ, ਬਿਆਨਾ ਕਰਿਆ ਕਰੋ, ਤਸੱਲੀ ਕਰਿਆ ਕਰੋ। ਮਹੀਂ 'ਚ ਕੋਈ ਐਬ ਹੋਵੇ, ਕੋਈ ਫਾਲਟ ਹੋਵੇ, ਫਿਜ਼ੀਕਲੀ ਥਾਣਾ 'ਚ ਵਾਧਾ ਘਾਟਾ ਹੋਵੇ, ਜਨਾਬ ਬਿਆਨਾ ਵਾਪਸ ਨਾਲ ਮਾਜ਼ਰਤ। ਗੱਲ ਲੋਕਾਂ ਦਾ ਰਾਣੀ ਕਿ ਜਨਾਬ ਆਏ ਹੋ ਅਤੇ ਹੁਣ ਜਾਂਦੇ ਕਿਤੇ ਹੋ, ਅਤੇ ਜੇ ਪੈਸੇ ਦੇ ਦਿੱਤੇ ਤਾਂ ਮਾਈ ਤਾਂ ਉਹੀ ਵਿਖਾਈ ਸੀ, ਕੋਈ ਐਸੀ ਗੱਲ ਨਹੀਂ। ਆਇਆ ਕਰੋ ਮੌਕੇ 'ਤੇ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਹਮੇਸ਼ਾ ਕਹਿੰਦਾ ਕਿ ਆਇਆ ਕਰੋ। ਬਾਕੀ ਸਾਰ ਚੱਕੀ ਫਿਰਦੀ ਹੈ ਕਰਮਾਂ ਵਾਲੀ। ਸੂਣ 'ਚ ਦਿਹਾੜੇ ਕੱਢ ਜਾਵੇ 5, ਸੂਣ 'ਚ ਦਿਹਾੜੇ ਕੱਢ ਜਾਵੇ 4, ਸੂਣ 'ਚ ਕੱਢ ਜਾਵੇ ਦਿਹਾੜੇ 2, ਸੂਣ ਦੇ ਵਿੱਚੋਂ ਕੱਢ ਜਾਵੇ ਮਹੀਨਾ ਜਾਂ 5 ਦਿਨ, ਇਹ ਯਾਰਾਂ ਨੇ ਆਪਣੀ ਨਿਗਾਹ ਨਾਲ ਵੇਖਣੀ ਹੈ। ਮੈਂ ਤਾਂ ਬੱਚਾ ਹੈ ਅਤੇ ਮੁੱਲ ਅਸੀਂ ਅੱਜ ਐਵੇਂ ਕਰਨਾ ਕਿ ਇਨਸ਼ਾਅੱਲਾ ਕਿਸੇ ਵਪਾਰੀ ਨੇ, ਕੋਈ ਵੀਰ ਅਗਰ ਇਨਵੈਸਟਰ ਰੇਟ 'ਤੇ ਲੈਣਾ ਚਾਹੇ, ਚਾਹਵੇ ਕਿ ਯਾਰ ਨਦੀਮ ਭਾਈ ਮੈਂ ਮੱਝ ਅਗਰ ਵੇਚਣੀ ਹੈ, ਉਹ ਵੀ ਸਾਡੇ ਨਾਲ ਰਾਬਤਾ ਕਰ ਲਵੇ, ਬਸ ਇਸ ਰੇਟ ਦੇ ਵਿੱਚ 19 ਵੀ ਹੋਣਾ, ਔਰ ਐਡੇ ਵੇਟ ਵਾਲੀ, ਐਡੇ ਪਿਆਰ ਵਾਲੀ, ਮੈਂ ਇਨਸ਼ਾਅੱਲਾ ਕੋਈ ਵੀਰ ਤੁਹਾਨੂੰ ਇਸ ਰੇਟ 'ਚ ਦੇਵੇ, ਇਨਸ਼ਾਅੱਲਾ ਜਿਹੜਾ ਅਸੀਂ ਰੇਟ ਅੱਜ ਕਰਨਾ ਹੈ, ਇਨਸ਼ਾਅੱਲਾ ਅਸੀਂ ਬੈਠੇ ਹਾਂ, ਕਿਉਂਕਿ ਇਹ ਜਮਾਈ ਦਾ ਮੁੱਲ ਤੁਹਾਨੂੰ ਪਤਾ ਹੈ। ਆਰਾਮ ਨਾਲ ਜਿਹੜਾ ਵੀਰ ਭਰਾ ਸੱਜਣ ਹੈ ਉਹ 5 ਲੱਖ ਹੀ ਕਰੇਗਾ, 4, 85, 90 ਹੀ ਕਰੇਗਾ, 6 ਹੀ ਕਰੇਗਾ, 6.25, 5.5 ਹੀ ਕਰੇਗਾ, ਲੇਕਿਨ ਅਸੀਂ ਇਨਸ਼ਾਅੱਲਾ ਮੁੱਲ ਇਹ ਜਿਹਾ ਦੇ ਦੇਣਾ ਭਾਈਆਂ ਨੂੰ ਕਿ ਭਰਾ ਜਿਹੜੇ ਨੇ ਉਹ ਅੱਲਾ ਦੇ ਫਜ਼ਲੋ ਕਰਨ ਨਾਲ ਜ਼ਮਾਨੇ ਦੇ ਵਿੱਚ ਇਨਸ਼ਾਅੱਲਾ ਲੱਭਦੇ ਫਿਰਨਗੇ ਜਾਂ ਮੁੱਲ। ਮੈਨੂੰ ਸੁਬਹਾ ਤੁਹਾਡੀ ਨਿਗਾਹ ਨਾਲ, ਤੁਸੀਂ ਆਪਣੀ ਨਿਗਾਹ ਨੂੰ ਵੇਖਣਾ, ਨਦੀਮ ਭਾਈ ਸੁਬਹਾ 5ਵਾਂ ਹੈ, 4ਥਾ ਹੈ, 2ਜਾ ਹੈ, ਅਸੀਂ ਮਾਲਕ ਕਵੇ ਪਹਿਲਾ, ਤੁਸੀਂ ਆਖੋ 3ਰਾ, ਮਾਲਕ ਕਵੇ 3ਰਾ, ਤੁਸੀਂ ਆ ਕਹਿੰਦਾ ਆਖਰੀ ਹੈ। ਤਸੱਲੀ ਕਰਨੀ ਹੈ, ਵੇਟ ਚੈੱਕ ਕਰਨੇ ਨੇ ਮਾਈ ਦੇ, ਮਾਸ਼ਾਅੱਲਾ ਤਗੜੇ ਵੇਟ, ਦੋਨਾਂ ਪਾਸੇ ਟਾਕੀ ਚਿੱਟੀ ਹੈ ਔਰ ਪੂਰੇ ਆਨੇ ਦੇ ਰਾਊਂਡ ਅਬਾਊਟ ਚਿੱਟੀ ਟਾਕੀ ਹੈ। ਮੈਂ ਇਨਸ਼ਾਅੱਲਾ ਖਿਲਾਰ ਪਾ ਦੇਗੀ, ਵੱਖ ਵੱਖ ਕਮਲੀ ਹੋ ਜਾਏਗੀ, ਬਿਲਕੁਲ ਥੱਲੇ ਬਲੇਡ ਵੱਜੇ ਹੋਏ ਨੇ, ਇੰਤਹਾਈ ਕਮਾਲ ਦਾ ਜਾਨਵਰ ਹੈ ਅਲਹਮਦੁਲਿਲਾ, ਰੇਟ ਬੜੇ ਸੁੱਚੇ ਦੇਣੇ। ਸੁਬਹਾ 2ਰਾ, 3ਰਾ ਜਾਂ ਪਹਿਲਾ, ਇਹਦੀ ਥੱਲੀ ਯਾਰਾਂ ਨੇ ਆਪਣੀ ਨਿਗਾਹ ਨਾਲ ਵੇਖਣੀ ਹੈ, ਆਪਣੀ ਨਿਗਾਹ ਵਲੈਦ ਨਾਲ ਚੈੱਕ ਕਰਨਾ ਹੈ ਕਿ ਜਨਾਬ ਮੱਝ ਕਿਵੇਂ ਸੋਏ ਦੀ ਹੈ।
ਮੈਂ ਤੁਹਾਨੂੰ ਕਹਾਂਗਾ ਇਹ ਪਹਿਲਾ ਸੋਹਾ, ਮੈਂ ਤੁਹਾਨੂੰ ਕਹਾਂਗਾ ਜਨਾਬ ਇਹ ਦੂਜਾ ਨੇ, ਮੈਂ ਤੁਹਾਨੂੰ ਇਹ ਵੀ ਕਹਾਂਗਾ ਜਨਾਬ ਇਹ ਬਿਲ ਕੱਚੀ ਖੀਰੀ ਜੇ ਮੂੰਹ ਚੋਂ ਔਰ ਸੋਹਾ ਤੀਜਾ ਸੂਈ ਖੜੀ ਜੇ। ਤੁਸੀਂ ਵੀਰਾਂ ਨੇ ਆਪਣੀ ਤਸੱਲੀ ਕਰਨੀ ਹੈ ਕਿ ਤੁਹਾਡੀ ਸਮਝ 'ਚ ਗੱਲ ਆਏਗੀ ਤਾਂ ਫਿਰ ਇਨਸ਼ਾਅੱਲਾ ਸਾਡੀ 'ਚ ਵੀ ਆ ਜਾਏਗੀ, ਅਗਰ ਤੁਹਾਡੀ 'ਚ ਨਾ ਆਈ ਤਾਂ ਫਿਰ ਸਾਡੀ ਸਮਝ 'ਚ ਵੀ ਨਹੀਂ ਆਉਣੀ। ਬਾਕੀ ਰਹੀ ਗੱਲ ਇਸ ਮੱਝ ਦੇ ਬਾਰੇ ਮਾਲਕ ਨਾਲ ਡਿਸਕਸ ਕਰਨੇ, ਆਓ ਜੀ ਉਹਨਾਂ ਨੂੰ ਪੁੱਛਣੇ। ਅਸਲਾਮ ਵਾਲੇਕੁਮ ਜੀ, ਨਵੀਦ ਸੁਖੇਰਾ ਸਾਹਿਬ ਜੀ, ਭਾਈਜਾਨ ਅਗੇਨ ਕੀ ਹਾਲ ਚਾਲ ਨੇ? ਅੱਲਾਹ ਦਾ ਕਰਮ, ਸਿਹਤ ਤਬੀਅਤ ਠੀਕ ਹੈ? ਅੱਲਾਹ ਦਾ ਬੜਾ ਸ਼ੁਕਰ ਭਾਈਜਾਨ। ਪਿਛਲੇ ਦੋਵੇਂ ਚੋਟੀਆਂ ਤੁਹਾਡੀਆਂ ਅੱਲਾਹ ਦੇ ਫਜ਼ਲੋ ਕਰਮ ਨਾਲ, ਤੁਹਾਡੇ ਭਰਾ ਲੈ ਗਏ ਮੌਕੇ ਤੇ ਆਏ, ਦੋ ਵਾਰੀ ਤਸੱਲੀ ਕਰਕੇ ਲੈ ਗਏ, ਆਪਣੇ ਇਲਾਕੇ ਦੀ ਬੜੀ ਮਹਾਨ ਸ਼ਖਸੀਅਤ ਨੇ ਉਹ ਹੀ ਲੈ ਗਏ ਵੀਡੀਓ ਤੇ ਆਏ। ਮਈਆਂ ਤੇ ਵੈਸੇ ਮੇਰਾ ਖਿਆਲ ਹਰੀਪੁਰ ਹਜ਼ਾਰਾ ਤੋਂ ਅਟਕ ਤੋਂ ਵੀ ਕਿਤੇ ਗਈਆਂ, ਬਿਲਕੁਲ ਅੱਲਾਹ ਜਾਣੇ ਉਹ। ਲੇਕਿਨ ਇੱਥੋਂ ਦੇ ਇੱਕ ਬੜੇ ਨਾਮੀ ਗ੍ਰਾਮੀ ਸਾਡੇ ਇੱਕ ਦੋਸਤ ਸਨ, ਹੂਟਰ ਵਾਲੀ ਗੱਡੀ ਸੀ ਉਹਨਾਂ ਦੀ, ਹੂਟਰ ਵਾਲੀ ਬਸ ਇੰਨੀ ਦੱਸ ਦਿਆਂ ਮੈਂ, ਜਿਹੜੇ ਦੋਸਤ ਨੇ ਮੰਗਵਾਈਆਂ ਉਹਨਾਂ ਦਾ ਆਇਆ ਹੋਇਆ ਹੂਟਰ ਵਾਲੀ ਗੱਡੀ ਜਨਾਬ ਇੱਥੇ ਆਈ, ਵੱਡੀ ਨਿੱਕੀ ਨਹੀਂ ਵੱਡੀ ਗੱਡੀ ਵੱਡੀ, ਤੇ ਉਹ ਜਨਾਬ ਚੋਟੀਆਂ ਦੋਵੇਂ ਲੈ ਗਏ ਅਲਹਮਦੁਲਿਲਾ ਅੱਲਾਹ ਦੇ ਫਜ਼ਲ ਕਰਮ ਨਾਲ। ਤੇ ਇਨਸ਼ਾਅੱਲਾ ਅੱਜ ਦੀ ਵੀਡੀਓ ਦੇ ਵਿੱਚ ਜਨਾਬ ਜਾਨਵਰ ਨਵੀਦ ਸੁਖੇਰਾ ਸਾਹਿਬ ਕਿਵੇਂ ਸੂਏ ਦਾ? ਇਹ ਤੀਸਰਾ ਸੂਆ ਸੂਆ ਜੀ, ਤੀਸਰਾ ਲੋਕਾਂ ਤੇਰਾ ਪਹਿਲਾ ਤਾਂ ਨਹੀਂ? ਨਹੀਂ ਨਹੀਂ, ਦੂਜਾ ਨਹੀਂ ਨਹੀਂ ਤੀਸਰਾ, ਤੀਜਾ ਥਣਾ ਦੀ ਗਰੰਟੀ, ਗਰੰਟੀ ਐਵੇਂ ਦਿਆ ਕਰਕੇ ਅਗਾਂਹ ਜਾ ਕੇ ਵੀ ਗਰੰਟੀ, ਬਿਲਕੁਲ। ਜਿਹੜਾ ਬੰਦਾ ਆਪਣੇ ਕੋਲ ਮਾਲ ਲੈਂਦਾ ਨਾ ਜਿਹੜੇ ਭਰਾ ਨਵੀਦ, ਕਿਉਂਕਿ ਤੇਰੀ ਵੀਡੀਓ ਹਫ਼ਤੇ 'ਚ ਇੱਕ ਦੋ ਲੱਗ ਜਾਂਦੀ ਹੈ, ਬਿਲਕੁਲ ਇਤਰਾਜ਼ ਇਸ ਗੱਲ ਤੇ ਹੁੰਦਾ ਹੈ ਕਿ ਯਾਰ ਗਰੰਟੀ ਲਿਆ ਕਰੋ ਕਿ ਅਸੀਂ ਤਾਂ ਹੁੰਦੇ ਨਹੀਂ, ਬਿਲਕੁਲ ਮੈਂ ਅੱਖਾਂ ਤੋਂ ਵੀ ਇੰਨਾ ਹੱਥਾਂ ਤੋਂ ਵੀ ਮੁਤਾਜ ਹਾਂ ਤੇ ਮੈਨੂੰ ਤਾਂ ਪਤਾ ਕੋਈ ਨਹੀਂ, ਮੈਂ ਤਾਰਾ ਮਾਰ ਵੀ ਲਵਾਂ ਤਾਂ ਗਰੰਟੀ ਤੁਹਾਡੀ ਹੋਣੀ ਚਾਹੀਦੀ ਕਿ ਯਾਰ ਉੱਥੇ ਜਾ ਕੇ ਵੀ ਥਾਣ ਵੱਧ ਘੱਟ ਹੋਵੇ, ਬਿਲਕੁਲ ਜ਼ਿੰਮੇਦਾਰ। ਹਾਂ ਮੇਰੇ 'ਚ ਕੋਈ ਦੋ ਨੰਬਰੀ ਹੋਵੇ, ਮੇਰੇ ਕੰਮ 'ਚ ਕੋਈ ਦੋ ਨੰਬਰੀ ਹੋਵੇ, ਕੋਈ ਵਾਧਾ ਘੱਟ ਹੋਵੇ ਤਾਂ ਮੈਂ ਤੇਰਾ ਤੂੰ ਬੇਈ ਗਿਰੇ ਬਾਂਹ ਤੂੰ ਮੇਰੇ ਤੋਂ ਫੜਨਾ, ਸੋਟੀ ਪਾਗ ਰੱਖ ਬਾਹ ਵਿੱਚ ਖਰਲ ਤੂੰ ਬੇਈਮਾਨੀ ਕੀਤੀ ਹੈ, ਠੱਗੀ ਮਾਰੀ ਕੋਈ ਦੋ ਨੰਬਰੀ ਕੀਤੀ, ਠੀਕ ਹੈ? ਅਗਲਾ ਬੰਦਾ ਪੈਸੇ ਭਰਦਾ ਉਹ ਆ ਕੇ ਕਹਿੰਦਾ ਨਦੀਮ ਭਈਆ ਫਾਲਟ ਆ ਰਿਹਾ, ਛੱਟਾ ਆ ਰਿਹਾ, ਫੁਹਾਰਾ ਆ ਰਿਹਾ, ਤੂੰ ਜ਼ਿੰਮੇਦਾਰ ਉਸ ਕੰਮ ਦਾ ਹੋਇਆ ਕਰ, ਇਹ ਮਿਆਰ ਹੈ। ਬਿਆਨਾ ਕਰਨ ਸੂਈ ਤੋਂ ਚੋਤਲ ਜਾਵਣ ਕਿਨੂੰ ਕਹਣਾ ਡਾਟ ਮਲੂਮ ਹੋਵੇ, ਠੀਕ ਇਹ ਵੀ ਠੀਕ ਕਿ ਜਿਹਨੂੰ ਮਸਲਾ ਹੋਵੇ ਬਿਆਨਾ ਕਰੋ 20-30 ਹਜ਼ਾਰ, ਲੈਣਾ ਨਹੀਂ ਅਸੀਂ ਲੋਕਾਂ ਤੇ 50 ਹਜ਼ਾਰਾਂ ਦੇ, ਨਹੀਂ ਨਹੀਂ ਹਾਂਜੀ 20-30 ਹਜ਼ਾਰ ਸਾਡੇ ਕੋਲ ਹੈ, ਸਾਡੀ ਮੈਂ ਸਾਡੇ ਕੋਲ ਲੈ ਜੀ, ਮੈਂ ਕੱਟੀ ਦੇ ਆਮਦੇ ਉਹ ਲੱਖ ਵੱਧ ਜਾਂਦੀ, ਲੱਖ ਵੱਧ ਜਾਂਦੀ, ਕੱਟੀ ਦੇਵੇ ਜਾਂ ਕੱਟਾ ਦੇ ਤਲਾ ਦੀ ਰਜ਼ਾ ਹੈ, ਬਾਕੀ ਇੱਕ 20-30 ਹਜ਼ਾਰ ਬਿਆਨਾ ਕਰੋ ਮਾਲਕ ਦੀ ਜੇਬ ਚ ਹੋਵੇ, ਉਹਨੂੰ ਪਤਾ ਮੈਂ ਵੇਚ ਲਈ, ਮੈਂ ਸੂਵੇ ਆਦੀ ਗਾੜੀ ਨਾਲ ਗਾੜੀ ਪਿਛਾੜੀ ਨਾਲ ਪਿਛਾੜੀ, ਮੌਕੇ ਤੇ ਆਓ ਇਤਰਾਜ਼ ਮੇਰੇ ਤੇ ਹੋਵੇ ਨਾ ਕਿ ਨਦੀਮ ਵਿੱਚ ਕਿ ਕਰਪਸ਼ਨ ਕਰਦਾ ਲੋਕਾਂ ਤਰ੍ਹਾਂ, ਬਿਲਕੁਲ ਅਸੀਂ ਨਹੀਂ ਕਰਦੇ, ਅਸੀਂ ਅਲਹਮਦੁਲਿਲਾ ਮਾਲ ਤੇਰੇ ਔਨ ਦੀ ਸਪੋਟ ਵੀ ਕਿਹਾ, ਬਿਲਕੁਲ ਬਿਆਨਾ ਜਿਹੜਾ ਦੱਸਿਆ ਸੀ ਆਏ ਅਫਸਰਾਂ ਤੋਂ, ਤੈਨੂੰ ਪਤਾ ਬੰਦੇ ਵੀ ਡਰਦੇ ਨੇ ਮਰ ਥਾਂਗ ਹੈ ਕਿ ਜਨਾਬ ਇਹ ਪਤਾ ਨਹੀਂ ਹੋਟਲ ਵਾਲੀ ਗੱਡੀਆਂ ਕਿਧਰੋਂ ਆ ਗਈਆਂ ਤੇ ਐਂ ਪ੍ਰੋਟੋਕੋਲ ਜਨਾਬ ਜਿਵੇਂ ਇੱਥੇ ਮਿਨਿਸਟਰ ਆ ਗਿਆ ਕੋਈ, ਲੇਕਿਨ ਬਾਈ ਪ੍ਰੋਟੋਕੋਲ ਉਹਨਾਂ ਜਿਹੜੇ ਤਗੜੇ ਨੇ ਬਈ ਉਹਨਾਂ ਦੇ ਪ੍ਰੋਟੋਕੋਲ ਵੀ ਆ ਜਾਣ। ਅੱਛਾ ਹੁਣ ਮੁਕਤਸਰ ਜੀ ਗੱਲ ਇਹ ਹੈ ਕਿ ਸਾਰੀ ਗੱਲਾਂ ਹੋ ਗਈਆਂ, ਮੁੱਲ ਉਹ ਕਰਨਾ ਯਾ ਸੁਰਨੋ ਵਾਲਾ ਲੈਣ ਜਾਂ ਦੇਣ? ਆਪਾਂ ਮੁੱਲ ਖਰੀਦ ਨੂੰ ਵੇਖ ਤੇ ਕਰਨਾ, ਮੈਂ ਇਹਨੂੰ ਵੇਖ ਤੇ ਨਹੀਂ ਕਰਨਾ, ਖਰੀਦ ਨੂੰ ਵੇਖ, ਹਾਂ ਖਰੀਦ ਵੀ ਆਪਾਂ ਨੂੰ ਜਾਇਜ਼ ਬਣੀ ਤਾਂ ਆਪਾਂ ਜਾਇਜ਼, ਆਪਾਂ ਜਾਇਜ਼ ਹੀ ਦੇਣੀ, ਰੋਜ਼ ਦੀ ਰੋਟੀ ਆਣੀ ਚਾਹੀਦੀ ਤੇ ਗੱਲ ਅੰਗਟ ਰਹੀ ਜਾਵੇ, ਬਿਲਕੁਲ ਜੀ ਬਿਸਮਿਲਲਾ। ਇਹਨਾਂ ਨਦੀਮ ਭਾਈ ਜੇ ਮੁੱਲ ਮੈਂ ਇਹਨੂੰ ਵੇਖੀਏ 5.5 ਲੱਖ, ਜੇ ਆਪਦੀ ਖਰੀਦ ਨੂੰ ਵੇਖੀਏ 4,65,000 ਦੀ, ਹਾਂ ਤਾਂ ਇੱਕੋ ਕਰ, ਇੱਕੋ ਹੀ ਗੱਲ 65,000 ਬੜਾ ਬੈੜਾ ਹੈ, ਹੋਰ ਕਰ ਪੂਰੇ 60 ਦੀ ਬਸ ਬਸ ਬਸ, ਕੋਈ ਲੰਮੇ ਚੌੜੇ ਮੁੱਲ ਨਹੀਂ ਕਰਨਾ, ਪਹਿਲੀ ਕਾਲ ਤੇ ਇਨਸ਼ਾਅੱਲਾ। ਅੱਛਾ ਛੋਟੀਆਂ ਤਰ੍ਹਾਂ 4,60,000, 4,60,000 ਰੁਪਇਆ ਜੇ, ਔਰ ਮੈਂ ਇਸ ਬੁਲਬੁਲ ਦੇ ਬੱਚੇ ਦਾ, ਇਹ ਬੁਲਬੁਲ ਦਾ ਬੱਚਾ ਹੈ, ਔਰ ਜਨਾਬ ਪੂਰੀ ਜਿਵੇਂ ਆਂਦਾ ਨਾ ਕਿ ਨੀਲੀ ਦੀ ਜਨਾਬ ਐਨ ਪੰਡਾ ਲਾਈ ਫਿਰਦੀ ਕਰਮ ਵਾਲੀ, ਮੈਂ ਇਹਨੂੰ ਵੇਖੋ ਦੱਸੇ ਸੁਭਾਨ ਅੱਲਾ ਮਾਸ਼ਾਅੱਲਾ ਕਿਆ ਬਾਤਾਂ ਨੇ। ਬਾਕੀ ਬੰਦੇ ਆਉਂਦੇ ਨੇ ਘੋੜਿਆਂ ਦੇ ਵਿੱਚ ਕੱਕੇ ਬਰਾਲਾਂ ਦਾ ਖੂਨ ਹੈ, ਇਹਦੇ ਵਿੱਚ ਨੀਲੀ ਦਾ ਖੂਨ ਹੈ ਅਲਹਮਦੁਲਿਲਾ, ਔਰ ਨੀਲੀ ਦੀ ਮੋਹਰ ਲੱਗੀ ਪਈ ਹੈ, ਮੈਂ ਇਹਨੂੰ ਕੁੱਢ ਉੱਚਾ ਹੈ। ਬਾਕੀ ਸੰਤਾਂ ਸਾਰੀਆਂ ਜਨਾਬ ਕਮਾਲ ਦੀਆਂ ਸੂ, ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ, ਆਪਣੀ ਰਾਏ ਨਾਲ ਸਾਨੂੰ ਜ਼ਰੂਰ ਅਗਾਹ ਕਰਨਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ।